The Turban Traveller de Prayojak ne World Punjabi Organization. छड़ी ना कदे मेरी बां बाबा नानका छड़ी ना कदे मेरी बां बाबा नानका बख्श देवी में असी हैगे आ इस वक्त गुरुद्वारा गुरु नानकपुरा हल्द्वानी जिथे असी राती आए सीगे ते इथे आके असी राती रुके भाई साहब जी ने बहुत ही सेवा खातिर कीती ते बड़ा सम्मान दिता ਸਵੇਰੇ ਵੀ ਸਾਨੂੰ ਸਰੋਪਾ ਦਿੱਤੇ ਗਏ ਸਰੋਪਾ ਜਿਹੜੇ ਨੇ ਉਹ ਹਰ ਆਦਮੀ ਨੂੰ ਇਸ ਤਰੀਕੇ ਨਾਲ ਨਹੀਂ ਦੇਣੇ ਚਾਹੀਦੇ ਤਾਂ ਅਸੀਂ ਕੋਈ ਐਸਾ ਕੋਈ ਬਹੁਤ ਵਿਸ਼ੇਸ਼ ਕੰਮ ਨਹੀਂ ਕੀਤਾ ਜਿਹੜੇ ਕਿਸੇ ਸਰੋਪੇ ਦੇ ਪਾਤ ਹੋਈਏ ਲੇਕਿਨ ਲੋਕਾਂ ਦੀ ਇੱਜ਼ਤ ਹੈਗੀ ਪਿਆਰ ਹੈਗੇ ਉਹ ਸਾਨੂੰ ਸਰੋਪਾ ਦਿੰਦੇ ਨੇ ਜਿਸ ਵਿੱਚ ਗੁਰਦੁਆਰੇ ਅਸੀਂ ਜਾਂਦੇ ਹੈਗੇ ਹਾਂ ਅਤੇ ਬੜਾ ਮਾਣ ਸਨਮਾਨ ਅਤੇ ਅਸੀਂ ਬੜੇ ਹੀ ਅੰਦਰੋਂ ਹੰਬਲ ਫੀਲ ਕਰਦੇ ਹਾਂ ਜਦ ਵੀ ਸਾਨੂੰ ਕੋਈ ਸਰੋਪਾ ਦਿੰਦਾ ਜਾਂ ਕੋਈ ਇੱਜ਼ਤ ਬਖਸ਼ਦਾ ਹੈਗਾ ਇਹ ਇੱਜ਼ਤ ਗੁਰੂ ਦੀ ਬਖਸ਼ੀ ਵੀ ਹੈਗੀ ਹੁਣ ਅਸੀਂ ਜਾ ਰਹੇ ਹਾਂ ਨਾਨਕ ਪਤਾ ਤੋਂ ਅਸੀਂ ਇੱਥੇ ਆਏ ਹਲਦਵਾਨੀ ਅਤੇ ਹਲਦਵਾਨੀ ਤੋਂ ਰੀਠਾ ਸਾਹਿਬ ਇੱਥੋਂ ਨਵਾਂ ਰਸਤਾ ਬਣਿਆ ਹੈ ਜਿਹੜਾ ਕਿ ਤਕਰੀਬਨ 4 ਘੰਟੇ ਦਾ ਹੈਗਾ ਬਰਸਾਤ ਹੋ ਰਹੀ ਹੈਗੀ ਅਤੇ ਅਲਰਟ ਜਾਰੀ ਹੈ 8 ਤੋਂ ਲੈ ਕੇ 11 ਤਰੀਕ ਤੱਕ ਹੈਵੀ ਰੇਨ ਦਾ ਉੱਤਰਾਖੰਡ ਅਤੇ ਯੂਪੀ ਦੇ ਵਿੱਚ ਪਰ ਗੁਰੂ ਅੰਗ ਸੰਘ ਸਾਈ ਹੈ ਉਮੀਦ ਕਰਨੇ ਆ ਰਸਤੇ ਸਾਫ਼ ਹੋਣਗੇ ਅਤੇ ਅਸੀਂ ਆਰਾਮ ਨਾਲ ਰੀਠਾ ਸਾਹਿਬ ਪਹੁੰਚ ਸਕਾਂਗੇ ਇਸ ਵਕਤ ਅਸੀਂ ਰੀਠਾ ਸਾਹਿਬ ਪਾਸੇ ਨਿਕਲ ਚੁੱਕੇ ਹਾਂ ਅਤੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪਹਾੜੀ ਇਲਾਕਾ ਸ਼ੁਰੂ ਹੋ ਗਿਆ ਹੈ ਬਰਸਾਤ ਹੋ ਰਹੀ ਹੈਗੀ ਉਸਦੇ ਬਾਵਜੂਦ ਵੀ ਸਾਡੇ ਹੌਸਲੇ ਬੁਲੰਦ ਨੇ ਅਤੇ ਬਰਸਾਤ ਹਲਕੀ ਹਲਕੀ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਅੱਗੇ ਕੋਈ ਜ਼ਿਆਦਾ ਕੋਈ ਪ੍ਰੋਬਲਮ ਆਏਗੀ ਬਟ ਸਟਿਲ ਯੂ ਹੈਵ ਟੂ ਬੀ ਪ੍ਰਪੇਅਰ ਫੋਰ ਐਨੀ ਕਾਇੰਡ ਆਫ ਸਿਚੁਏਸ਼ਨ ਸੋ ਅਸੀਂ ਗੁਰੂ ਦਾ ਆਓਟ ਆਸਰਾ ਲੈ ਕੇ ਚੱਲ ਰਹੇ ਹਾਂ ਮੌਸਮ ਬਹੁਤ ਹੀ ਚੰਗਾ ਹੈਗਾ ਦਿਸ ਡਰਾਈਵ ਇਜ਼ ਬਿਊਟੀਫੁਲ ਯੂ ਕੈਨ ਸੀ ਟੋਟਲ ਗ੍ਰੀਨ ਏਰੀਆ ਪਹਾੜਾਂ ਦੇ ਵਿੱਚ ਜਿਸ ਵਕਤ ਤੁਸੀਂ ਬਰਸਾਤ ਹੋ ਰਹੀ ਹੋਵੇ ਅਤੇ ਟੋਟਲ ਗ੍ਰੀਨਰੀ ਹੋਵੇ ਅਤੇ ਉਹਦਾ ਮਜ਼ਾ ਹੀ ਕੁਛ ਹੋਰ ਹੁੰਦਾ ਹੈਗਾ ਸੋ ਵੀ ਆਰ ਇੰਜੋਇੰਗ ਅਵਰ ਡਰਾਈਵ ਐਸੇ ਮੌਸਮ ਵਿੱਚ ਜਦ ਬਰਸਾਤ ਹੋ ਰਹੀ ਹੋਵੇ ਅਤੇ ਤੁਸੀਂ ਕਿਸੇ ਪੁਲ ਦੇ ਉੱਤੇ ਖੜ੍ਹੇ ਹੋ ਅਤੇ ਸੁੰਦਰ ਨਜ਼ਾਰੇ ਹੋਣ ਅਤੇ ਫਿਰ ਪਕੌੜੇ ਤਾਂ ਬਣਦੇ ਨੇ ਅਸੀਂ ਵੀ ਪਕੌੜੇ ਖਾਣ ਵਾਸਤੇ ਇੱਥੇ ਰੁਕ ਗਏ ਕਿਉਂਕਿ ਇਹ ਉਹ ਜਗ੍ਹਾ ਹੈ ਜਿਸ ਵਕਤ ਤੁਸੀਂ ਹਲਦਵਾਨੀ ਤੋਂ ਆਉਂਦੇ ਹੈਗੇ ਹੋ ਅਤੇ ਹੈਡਾ ਖਾਣ ਤੋਂ ਬਾਅਦ ਤੁਸੀਂ ਲੈਫਟ ਟਰਨ ਲੈਣਾ ਹੁੰਦਾ ਹੈਗਾ ਉੱਥੇ ਆ ਕੇ FT ਜੰਕਸ਼ਨ ਹੈ ਇੱਥੋਂ ਲੈਫਟ ਸੜਕ ਜਾਂਦੀ ਹੈਗੀ ਰੀਠਾ ਸਾਹਿਬ ਵਾਸਤੇ ਅਤੇ ਰੀਠਾ ਸਾਹਿਬ ਇੱਥੋਂ ਹੈਗਾ 81 ਕਿਲੋਮੀਟਰ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਸ ਬੋਰਡ 'ਤੇ ਲਿਖਿਆ ਹੈਗਾ ਅਤੇ ਅਸੀਂ ਜਿਸ ਵਕਤ ਹਲਦਵਾਨੀ ਤੋਂ ਚਲੇ ਸੀਗੇ ਉੱਥੋਂ ਸੀਗਾ ਤਕਰੀਬਨ 104 ਕਿਲੋਮੀਟਰ ਅਸੀਂ ਜ਼ਿਆਦਾ ਤਾਂ ਨਹੀਂ ਆਏ ਹਾਂ ਪਰ ਰਸਤਾ ਬੜਾ ਚੰਗਾ ਹਾਲੇ ਤੱਕ ਸਾਫ਼ ਸੁਥਰਾ ਨਜ਼ਰ ਆਇਆ ਜਿਸ ਤਰ੍ਹਾਂ ਸਾਨੂੰ ਦੱਸਿਆ ਗਿਆ ਸੀਗਾ ਕਿ ਇਹ ਸਿੰਗਲ ਰੋਡ ਹੈਗੀ ਪਰ ਰੋਡ ਨਵੀਂ ਬਣੀ ਹੈ ਇਸ ਕਰਕੇ ਹੈਵੀ ਟ੍ਰੈਫਿਕ ਨਹੀਂ ਹੈਗਾ ਅਤੇ ਇੱਥੇ ਵੱਡੇ ਜਿਹੜੇ ਵਹੀਕਲਸ ਹੈਗੇ ਉਹਦੀ ਆਵਾਜਾਵੀ ਵੀ ਨਹੀਂ ਹੈਗੀ ਅਤੇ ਰਸਤੇ 'ਚ ਸਾਨੂੰ ਕੋਈ ਵੀ ਟਰੱਕ ਜਾਂ ਇਸ ਤਰ੍ਹਾਂ ਦੀ ਬੱਸ ਨਜ਼ਰ ਨਹੀਂ ਆਈ ਸਭ ਛੋਟੇ ਵਹੀਕਲ ਹੀ ਸੀਗੇ ਸੋ ਅੱਛਾ ਲੱਗ ਰਿਹਾ ਹੈਗਾ ਕਿ ਰਸਤਾ ਸਾਫ਼ ਹੈਗਾ ਹੁਣ ਇੱਥੋਂ 80 ਕਿਲੋਮੀਟਰ ਅੱਗੇ ਦਾ ਹੋਰ ਰਸਤਾ ਹੈਗਾ ਉਹ ਦੇਖਣਾ ਹੈ ਬਾਕੀ ਕਿ ਉਹ ਕਿੰਨਾ ਕੁ ਸਾਫ਼ ਹੈ ਆਓ ਬਹਿ ਕੇ ਪਹਿਲੇ ਚਾਹ ਪਕੌੜੇ ਖਾਂਦੇ ਹਾਂ ਇਹ ਹੈਗਾ ਠਾਕੁਰ ਜੀ ਦਾ ਫੇਮਸ ਢਾਬਾ ਜਦ ਤੁਸੀਂ ਹਲਦਵਾਨੀ ਤੋਂ ਰੀਠਾ ਸਾਹਿਬ ਜਾਂਦੇ ਹੈਗੇ ਹੋ ਅਤੇ 35-40 ਕਿਲੋਮੀਟਰ ਦੇ ਬਾਅਦ ਇਸ ਜਗ੍ਹਾ 'ਤੇ ਟੀ ਜੰਕਸ਼ਨ ਤੋਂ ਥੋੜ੍ਹਾ ਅੱਗੇ ਜਾ ਕੇ ਲੈਫਟ ਸਾਈਡ ਨੂੰ ਰਾਈਟ ਸਾਈਡ 'ਤੇ ਢਾਬਾ ਹੈਗਾ ਆ ਰਿਹਾ ਪਕੌੜੇ ਤਾਂ ਬਣਾਇਆ ਨਹੀਂ ਤੁਮਨੇ ਫਿਰ ਹਮ ਤੋਂ ਬੜੀ ਉਮੀਦ ਲੈ ਕੇ ਆਏ ਤੇ ਪਕੌੜੇ ਖਾਏਗੇ ਹੈ ਤੋ ਚਾਹ ਦਾ ਬਣਾਉਣਾ ਫਸਟ ਕਲਾਸ ਕੜਕ ਗਰਮਾ ਗਰਮ ਹੈ
ਅਸਮਾਨ ਨੇ ਬਰਸਾਇਆ ਆਫਤ ਦਾ ਪਾਣੀ। ਹਿੰਦੀ ਦੇ ਨਿਊਜ਼ ਪੇਪਰ 'ਚ ਖਬਰ ਛਪੀ ਹੈ ਕਿ ਕੱਲ੍ਹ ਜਿਹੜੇ ਰਸਤੇ ਤੋਂ ਅਸੀਂ ਨਿਕਲ ਕੇ ਆਏ ਸੀਗੇ, ਅੱਜ ਦਾ ਅਖਬਾਰ ਹੈਗਾ, ਕੱਲ੍ਹ ਦੀ ਰਿਪੋਰਟ ਇਹਦੇ 'ਚ ਛਪੀ ਹੈਗੀ, ਹਲਦਵਾਨੀ ਜਿਹੜਾ ਅਸੀਂ ਏਰੀਆ ਕ੍ਰੋਸ ਕੀਤਾ ਹੈਗਾ ਉਸ ਏਰੀਆ ਦੇ ਵਿੱਚ ਕਾਫੀ ਸਾਰਾ ਪਾਣੀ ਆਇਆ ਅਤੇ ਕਈ ਗੱਡੀਆਂ ਬਹਿ ਗਈਆਂ। ਅਤੇ ਜਿਹੜੇ ਪਾਸੇ ਅਸੀਂ ਚੱਲੇ ਹਾਂ ਨਾਨਕ ਰੀਠਾ ਵਾਲੇ ਨਾਨਕ ਬੱਤਾ ਤੋਂ ਰੀਠਾ ਸਾਹਿਬ ਵਾਲੇ ਪਾਸੇ, ਉਹ ਚੰਪਾਵਤ ਦਾ ਇਲਾਕਾ ਹੈਗਾ, ਉਹਦੇ ਵਿੱਚ ਵੀ ਹੈਵੀ ਅਲਰਟ ਹੈਗਾ। ਅਸੀਂ ਇਸ ਨੂੰ ਕਿਸ ਤਰੀਕੇ ਨਾਲ ਇੰਟਰਪ੍ਰੇਟ ਕਰੀਏ ਮੈਨੂੰ ਸਮਝ ਨਹੀਂ ਆ ਰਿਹਾ, ਕਿਉਂਕਿ ਕਈ ਲੋਕਾਂ ਦਾ ਕਹਿਣਾ ਹੈ ਜੀ ਸਮਝਦਾਰੀ ਅਤੇ ਅਕਲਮੰਦੀ ਨਾਲ ਕੰਮ ਕਰੋ ਅਤੇ ਇਤਿਹਾਦ ਨਾਲ ਜਾਓ। ਮੈਂ ਕਹਿੰਦਾ ਗੁਰੂ ਦਾ ਓਟ ਆਸਰਾ ਲੈ ਕੇ ਜਾਓ, ਰੱਬ ਨੇ ਜੋ ਕਰਨਾ ਹੈ ਉਹ ਤਾਂ ਹੋ ਕੇ ਰਹੇਗਾ। ਅਸੀਂ ਰੱਬ ਦੇ ਕੰਮ ਵਾਸਤੇ ਚੱਲੇ ਹਾਂ, ਰੱਬ ਦਾ ਓਟ ਆਸਰਾ ਲੈ ਕੇ ਚੱਲੇ ਹਾਂ, ਅਤੇ ਮੈਨੂੰ ਤਾਂ ਪੂਰਾ ਯਕੀਨ ਹੈ ਕਿ ਸਾਡੀ ਯਾਤਰਾ ਸਫਲ ਹੋਏਗੀ। ਬਰਸਾਤ ਹਲਕੀ ਪੈ ਚੁੱਕੀ ਹੈਗੀ ਅਤੇ ਹੁਣ ਜਿਹੜਾ ਸ਼ਹਿਰ ਆਉਣ ਵਾਲਾ ਉਹਦਾ ਨਾਂ ਹੈ ਪਤਲੌਟ। ਪਤਲੌਟ ਤੋਂ ਫਿਰ ਅੱਗੇ ਜਿਹੜਾ ਹੈਗਾ ਉੱਥੇ ਡਾਇਵਰਜਨ ਹੈਗਾ, ਇਹ ਰਸਤਾ ਜਿਹੜਾ ਵੀ ਹੈਗਾ ਮੈਂ ਤਾਂ ਪਿੱਛੇ ਬੋਰਡ ਪੜਿਆ ਹੈਗਾ ਜਿੱਥੇ ਲਿਖਿਆ ਸੀ 10 ਟਨ ਤੋਂ ਹੈਵੀ ਵਜ਼ਨ ਵਾਲੇ ਜਿਹੜੇ ਜਿਹੜੇ ਵਹੀਕਲਸ ਹੈਗੇ ਇੱਥੇ ਨਹੀਂ ਜਾ ਸਕਦੇ। ਉਹਦਾ ਸਾਫ਼ ਇੰਡੀਕੇਸ਼ਨ ਹੈਗਾ ਕਿ ਇੱਥੇ ਹੈਵੀ ਟ੍ਰੈਫਿਕ ਜਿਹੜਾ ਅਲਾਊਡ ਨਹੀਂ ਹੈਗਾ। ਇਹੀ ਰੀਜ਼ਨ ਹੈਗਾ ਕਿ ਇਸ ਰਸਤੇ ਦੇ ਉੱਤੇ ਸੜਕ ਸਾਫ਼ ਨਜ਼ਰ ਆ ਰਹੀ ਹੈ, ਜੇ ਹੈਵੀ ਟ੍ਰੈਫਿਕ ਹੋਏ ਸੜਕਾਂ ਵੈਸੇ ਹੀ ਟੁੱਟ ਜਾਂਦੀਆਂ ਨੇ। ਅਤੇ ਹੈਵੀ ਟ੍ਰੈਫਿਕ ਨਾ ਹੋਣ ਦੀ ਵਜ੍ਹਾ ਕਰਕੇ ਅੱਗੋਂ ਆਉਣ ਵਾਲੀ ਟ੍ਰੈਫਿਕ ਦੇ ਵਾਲੇ ਪਾਸੋਂ ਕੋਈ ਤਕਲੀਫ ਹੀ ਨਹੀਂ ਹੋ ਰਹੀ ਹੈਗੀ। ਛੋਟੀ ਛੋਟੀ ਗੱਡੀਆਂ ਜਿਹੜੀਆਂ ਨੇ, ਟੈਕਸੀਜ਼ ਜਿਹੜੀਆਂ ਨੇ, ਇੱਥੇ ਦੀਆਂ ਜਿਹੜੀਆਂ ਵੈਨਸ ਇਸ ਤਰ੍ਹਾਂ ਗੱਡੀਆਂ ਜਾਂ ਇੱਕਾ ਦੁੱਕੀ ਗੱਡੀ ਜਿਹੜੀ ਹੈਗੀ ਪਰਸਨਲ ਲੋਕਾਂ ਦੀਆਂ ਜਿਹੜੀਆਂ ਨਜ਼ਰ ਆਉਂਦੀਆਂ ਨੇ। ਅਦਰਵਾਈਜ਼ ਇਸ ਪੂਰੇ ਰਸਤੇ ਦੇ ਉੱਤੇ ਕੋਈ ਵੀ ਟ੍ਰੈਫਿਕ ਸਾਨੂੰ ਨਜ਼ਰ ਨਹੀਂ ਆ ਰਿਹਾ। ਪਹਾੜਾਂ ਦੇ ਮੂਵਮੈਂਟ ਤੁਹਾਨੂੰ ਹਾਰ ਵਜਾਉਣ ਦੀ ਬਹੁਤ ਲੋੜ ਪੈਂਦੀ ਹੈ ਅਤੇ ਥਾਂ ਥਾਂ 'ਤੇ ਲਿਖਿਆ ਵੀ ਹੁੰਦਾ ਹੌਰਨ ਪਲੀਜ਼ ਹੌਰਨ ਪਲੀਜ਼। ਐਕਚੁਲੀ ਮੈਨੂੰ ਜ਼ਿਆਦਾ ਹੌਰਨ ਵਜਾਉਣ ਦੀ ਆਦਤ ਨਹੀਂ ਹੈਗੀ ਅਤੇ ਕਦੀ ਕਦੀ ਇਹਦਾ ਮਸਲਾ ਆ ਹੀ ਜਾਂਦਾ ਕਿ ਕੋਈ ਨਾ ਕੋਈ ਗੱਡੀ ਆ ਜਾਂਦੀ ਅੱਗੇ, ਅਤੇ ਮੈਨੂੰ ਆਦਤ ਨਹੀਂ ਹੌਰਨ ਵਜਾਉਣ ਦੀ ਜ਼ਿਆਦਾ। ਸੋ ਆਈ ਐਮ ਜਸਟ ਲਰਨਿੰਗ ਕਿ ਬਈ ਹੌਰਨ ਹਰ ਥਾਂ 'ਤੇ ਵਜਾਉਣਾ ਹੈਗਾ। ਤੁਸੀਂ ਵੀ ਜਦ ਪਹਾੜਾਂ 'ਤੇ ਜਾਓ ਤਾਂ ਮੇਕ ਸ਼ੋਰ ਕਰੋ ਕਿ ਜਦ ਵੀ ਕੋਈ ਟਰਨਿੰਗ ਜਾਂ ਮੋੜ ਆਵੇ ਤਾਂ ਹੌਰਨ ਜ਼ਰੂਰ ਦਿਓ। ਇਹ ਰਸਤਾ ਜਾ ਰਿਹਾ ਹੈ ਮਿਡਾਰ ਨੂੰ ਵਾਇਆ ਪਤਲੌਟ। ਮਿਡਾਰ ਉਹ ਜਗ੍ਹਾ ਹੈਗੀ ਜਿੱਥੋਂ ਤੁਸੀਂ ਲੈਫਟ ਲੈ ਕੇ ਸਿੱਧਾ ਰੀਠਾ ਸਾਹਿਬ ਨੂੰ ਜਾ ਸਕਦੇ ਹੋ, ਉੱਥੋਂ ਰੀਠਾ ਸਾਹਿਬ 40 ਕਿਲੋਮੀਟਰ ਹੈਗਾ। ਸੋ ਫਾਰ ਸੋ ਗੁੱਡ, ਓਨੈਸਟਲੀ ਐਂਡ ਜੈਨੂਇਨਲੀ। ਮਤਲਬ ਇਹ ਰਸਤਾ ਜਿਹੜਾ ਮੈਂ ਸੋਚਿਆ ਸੀਗਾ ਕਿ ਸ਼ਾਰਟਕੱਟ ਹੈਗਾ ਮਾੜਾ ਹੋਏਗਾ, ਪਰ ਹਾਲੇ ਤੱਕ ਦੀ ਜਿਹੜੀ ਮੇਰੀ ਰਿਪੋਰਟ ਹੈਗੀ ਉਹ ਹੈਗੀ ਕਿ ਰਸਤਾ ਚੰਗਾ ਹੈ ਅਤੇ ਸਾਫ਼ ਹੈ। ਹੋ ਸਕਦਾ ਕਿ ਖਰਾਬ ਵੀ ਹੋਵੇ, ਅਤੇ ਜੇ ਅੱਗੇ ਰਸਤਾ ਖਰਾਬ ਹੋਇਆ ਤਾਂ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ। ਹਾਲੇ ਤੱਕ ਦੇ ਜਿਹੜੇ ਹਾਲਾਤ ਨੇ ਉਹ ਇੱਕ ਦੱਸ ਦਿੰਦੇ ਕਿ ਰਸਤਾ ਸਾਫ਼ ਹੈਗਾ। ਮਾੜੇ ਮੋਟੇ ਜਿਹੜੇ ਪੱਥਰ ਜਿਹੜੇ ਡਿੱਗੇ ਨੇ ਉਹ ਤਾਂ ਤੁਹਾਨੂੰ ਪਤਾ ਜਿਸ ਵਕਤ ਲੈਂਡਸਲਾਈਡ ਹੁੰਦੇ ਨੇ ਥੋੜ੍ਹੇ ਬਹੁਤ ਦਿਖਦੇ ਹੀ ਹੈਗੇ। ਵਾਓ, ਸੱਚ ਬਿਊਟੀਫੁਲ ਵਿਊ, ਲੁੱਕ ਐਟ, ਇਹ ਨਜ਼ਾਰੇ ਜੰਨਤ ਵਰਗੇ ਦਿਖਦੇ ਨੇ। ਇਸ ਤਰ੍ਹਾਂ ਲੱਗਦਾ ਜਿੱਦਾਂ ਅਸਮਾਨ ਧਰਤੀ 'ਤੇ ਉਤਰ ਆਇਆ, ਯਕੀਨਨ ਗੱਲ ਹੈ ਅਸਮਾਨ ਧਰਤੀ 'ਤੇ ਹੀ ਹੈਗਾ। ਪੰਜਾਹ ਹਜ਼ਾਰ ਕਿਲੋਮੀਟਰ ਦੇ ਬਾਅਦ ਪੂਰਾ ਦਿੱਲੀ ਤੋਂ ਮੈਂ ਲੰਡਨ ਕਰ ਆਇਆ, ਉਸ ਤੋਂ ਬਾਅਦ ਇੰਡੀਆ ਵੀ ਕਾਫੀ ਗੱਡੀ ਚਲਾਈ, ਹੁਣ ਇਸ ਯਾਤਰਾ 'ਤੇ ਵੀ ਚੱਲ ਰਿਹਾ। ਆਖਿਰਕਾਰ ਇੱਥੇ ਪਹਾੜੀ ਇਲਾਕੇ 'ਚ ਇੰਨੇ ਸਾਰੇ ਪੱਥਰ ਡਿੱਗੇ ਹੋਏ ਸੀਗੇ ਕਿ ਇੱਕ ਪੱਥਰ ਗੱਡੀ ਨਾਲ ਟਕਰਾਇਆ ਅਤੇ ਮੇਰਾ ਟਾਇਰ ਫਟ ਗਿਆ, ਪੰਚਰ ਨਹੀਂ ਹੋਇਆ, ਫਟ ਗਿਆ। ਸੋ ਇਸ ਤਰ੍ਹਾਂ ਦੀ ਚੀਜ਼ਾਂ ਤੁਸੀਂ ਜਦ ਜਰਨੀ ਕਰਦੇ ਹੋ ਆਉਂਦੀਆਂ ਰਹਿੰਦੀਆਂ ਨੇ। ਸੋ ਦੀਜ਼ ਆਰ ਨੋਟ ਦਾ ਚੈਲੇਂਜਸ, ਦੀਜ਼ ਆਰ ਦਾ ਰੂਟੀਨ ਇਸ਼ੂਜ਼। ਅਤੇ ਇਹ ਜਿਹੇ ਰੂਟੀਨ ਇਸ਼ੂਜ਼ ਜਿਹੜੇ ਨੇ ਸਾਨੂੰ ਡੀਲ ਕਰਨੇ ਪੈਂਦੇ ਨੇ। ਅਤੇ ਹੁਣ ਅਸੀਂ ਇਹਨੂੰ ਟਾਇਰ ਨੂੰ ਜਿਹੜਾ ਹੈਗਾ ਰਿਪਲੇਸ ਕਰਾਂਗੇ, ਅਤੇ ਹੁਣ ਪਹਿਲੇ ਚੇਂਜ ਕਰਾਂਗੇ ਫਿਰ ਜਾ ਕੇ ਇਹਨੂੰ ਨਵਾਂ ਟਾਇਰ ਲਵਾਂਗੇ। ਹਾਂਜੀ, ਟਾਇਰ ਤਾਂ ਬਦਲਾ ਗਿਆ। ਅੱਗੇ ਹੈਗਾ ਮਿਡਾਰ, ਵਿਚ ਇਜ਼ ਅਬਾਊਟ ਕਿੰਨੇ ਕਿਲੋਮੀਟਰ ਆ ਜੀ, 24 ਕਿਲੋਮੀਟਰ। ਸੋ 24 ਕਿਲੋਮੀਟਰ ਮਿਡਾਰ ਜਾ ਕੇ ਆਪਾਂ ਦੇਖਾਂਗੇ ਜੇ ਕੋਈ ਪੰਚਰ ਵਾਲਾ ਮਿਲ ਗਿਆ ਇੱਥੇ, ਅਤੇ ਸਭ ਤੋਂ ਪਹਿਲੇ ਆਪਾਂ ਟਿਊਬ ਪਵਾਵਾਂਗੇ ਗੱਡੀ ਦੇ ਟਾਇਰ ਜਿਹੜਾ ਫਟ ਗਿਆ, ਅਤੇ ਉਹਦੇ ਬਾਅਦ ਫਿਰ ਕੋਸ਼ਿਸ਼ ਕਰਾਂਗੇ ਨਵਾਂ ਟਾਇਰ ਲੈਣ ਦੀ।
ਜਿਸ ਤਰ੍ਹਾਂ ਹਰ ਰਾਤ ਦੇ ਬਾਅਦ ਇੱਕ ਸਵੇਰਾ ਹੁੰਦਾ ਹੈਗਾ, ਉਸੇ ਤਰੀਕੇ ਨਾਲ ਹਰ ਬਰਸਾਤ ਦੇ ਬਾਅਦ ਬਰਸਾਤ ਰੁਕਦੀ ਵੀ ਹੈਗੀ। ਸਾਡੇ ਨਾਲ ਵੀ ਇਸ ਤਰ੍ਹਾਂ ਹੀ ਹੈਗਾ ਜੀ, ਜਿਸ ਵਕਤ ਅਸੀਂ ਉੱਥੋਂ ਚੱਲੇ ਸੀਗੇ, ਟਾਇਰ ਪੰਚਰ ਜਿਸ ਵਕਤ ਹੋਇਆ ਸੀ, ਉਸ ਵਕਤ ਬਰਸਾਤ ਥੋੜ੍ਹੀ ਬਹੁਤ ਕਿਨਮਿਨ ਹੋ ਰਹੀ ਸੀਗੀ। ਹੁਣ ਇਸ ਵਕਤ ਸੂਰਜ ਨਿਕਲਿਆ ਹੋਇਆ, ਬਿਲਕੁਲ ਸਾਫ਼ ਮੌਸਮ ਹੈਗਾ, ਬਰਸਾਤ ਰੁਕ ਚੁੱਕੀ ਹੈਗੀ। ਅਤੇ ਮੈਨੂੰ ਲੱਗਦਾ ਹੈ ਕਿ ਅੱਗੇ ਦਾ ਵੀ ਰਸਤਾ ਰੀਠਾ ਸਾਹਿਬ ਤੱਕ ਵੀ ਇਸੇ ਤਰੀਕੇ ਨਾਲ ਸਾਫ਼ ਰਹੇਗਾ। ਜਿਸ ਵਕਤ ਅਸੀਂ ਨਿਕਲੇ ਸੀ, ਥੋੜ੍ਹੇ ਬਹੁਤ ਕੰਸਰਨ ਸੀਗੇ ਕਿਉਂਕਿ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਸੀਗੀ ਕਿ ਬਰਸਾਤ ਬਹੁਤ ਤੇਜ਼ ਜਾਂ ਬਹੁਤ ਤੋਂ ਵੀ ਬਹੁਤ ਜ਼ਿਆਦਾ ਤੇਜ਼ ਬਰਸਾਤ ਹੋਣ ਦੇ ਆਸਾਰ ਨੇ। ਰਸਤੇ ਸਾਡਾ ਟਾਇਰ ਪੰਚਰ ਹੋਇਆ, ਗੁਰੂ ਨੇ ਸ਼ਾਇਦ ਕੁਛ ਸੋਚ ਕੇ ਸਭ ਚੀਜ਼ਾਂ ਕੀਤੀਆਂ ਹੋਣਗੀਆਂ, ਹੋ ਸਕਦਾ ਕਿ ਮੌਸਮ ਸਾਫ਼ ਕਰਨ ਵਾਸਤੇ ਕੀਤੀਆਂ ਹੋਣ। ਮੈਂ ਤਾਂ ਬੜੇ ਪੋਜ਼ਿਟਿਵ ਤਰੀਕੇ ਨਾਲ ਸੋਚਦਾ, ਮੌਸਮ ਸਾਫ਼ ਹੋ ਚੁੱਕਿਆ, ਤੁਸੀਂ ਦੇਖ ਸਕਦੇ ਹੋ ਕਿ ਉਹ ਪੂਰੀ ਖਿੱਲੀ ਧੁੱਪ ਹੈਗੀ। ਅਤੇ ਇੱਥੋਂ ਰੀਠਾ ਸਾਹਿਬ 35 ਕਿਲੋਮੀਟਰ ਰਹਿ ਗਿਆ। ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿਰਾਸ ਕਰ ਚਰਣਾਮ੍ਰਿਤ ਸਿੱਖਾਂ ਪਿਲਾਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਗੁਰੂ ਅੰਗ ਸੰਗ ਸਾਈ ਹੋਇਆ ਅਤੇ ਜਿਸ ਤਰ੍ਹਾਂ ਅਸੀਂ ਗੁਰੂ ਦਾ ਓਟ ਆਸਰਾ ਲੈ ਕੇ ਚੱਲੇ ਸੀ ਹਲਦਵਾਨੀ ਤੋਂ, ਸੁੱਖੀ ਸਾਂਦੀ ਅਸੀਂ ਪਹੁੰਚ ਗਏ ਹਾਂ ਇਸ ਵਕਤ ਗੁਰਦੁਆਰਾ ਰੀਠਾ ਸਾਹਿਬ ਵਿੱਚ। ਰਸਤੇ ਅੰਦਰ ਛੋਟੀ ਮੋਟੀ ਪਰੇਸ਼ਾਨੀਆਂ ਆਈਆਂ, ਸਾਡਾ ਟਾਇਰ ਫਟ ਗਿਆ, ਗੱਡੀ ਫਸ ਗਈ, ਗੁਰੂ ਨੇ ਸਾਰੇ ਕਸ਼ਟ ਦੂਰ ਕੀਤੇ। ਬਰਸਾਤ ਆਈ ਸੀ, ਬਰਸਾਤ ਰੁਕ ਗਈ, ਧੁੱਪ ਨਿਕਲ ਆਈ ਅਤੇ ਬਿਨਾਂ ਕਿਸੇ ਦੁੱਖ ਤਕਲੀਫ ਦੇ ਗੁਰੂ ਦਾ ਆਊਟ ਆਸਰਾ ਲੈ ਕੇ ਅਸੀਂ ਰੀਠਾ ਸਾਹਿਬ ਸਹੀ ਸਲਾਮਤ ਪਹੁੰਚ ਗਏ ਹਾਂ। ਉਸ ਦੇ ਬਾਵਜੂਦ ਕਿ ਹਾਈ ਅਲਰਟ ਜਾਰੀ ਕੀਤਾ ਗਿਆ ਸੀਗਾ, ਐਡਵਾਈਜ਼ਰੀ ਜਾਰੀ ਕੀਤੀ ਗਈ ਸੀਗੀ ਕਿ ਹਿਮਾਲਿਅਨ ਰੇਂਜ ਦੇ ਅੰਦਰ ਅਵੋਇਡ ਕੀਤਾ ਜਾਏ, ਨਾ ਜਾਇਆ ਜਾਏ, ਭਾਰੀ ਬਾਰਿਸ਼ ਤੋਂ ਵੀ ਹੋਰ ਭਾਰੀ ਬਾਰਿਸ਼ ਹੋਣ ਦੇ ਪੂਰੇ ਅੰਦੇਸ਼ੇ ਸੀਗੇ। ਇਹ ਚੀਜ਼ ਇਹ ਜ਼ਾਹਿਰ ਕਰਦੀ ਹੈਗੀ ਕਿ ਤੁਸੀਂ ਗੁਰੂ ਦਾ ਓਟ ਆਸਰਾ ਲੈ ਕੇ ਜਿਹੜਾ ਵੀ ਕੰਮ ਕਰੋ, ਗੁਰੂ ਆਪਦੇ ਅੰਗ ਸੰਗ ਸਹਾਈ ਹੁੰਦਾ ਹੈ। The Turban Traveller ਦੇ ਪ੍ਰਾਯੋਜਕ ਨੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ